ਭਾਜੀ ਭਾਨਾ ਸਿੱਧੂ ਰੀਸੈਂਟ ਜਿਹੜੀ ਚੀਜ਼ ਚੱਲ ਰਹੀ ਆ ਉਹ ਬੰਦੇ ਨੇ ਕਰੋੜਾਂ ਰੁਪਇਆ ਲੋਕਾਂ ਦਾ ਕਢਾ ਤਾ ਤੇ 10,000 ਪਿੱਛੇ ਇਲਜ਼ਾਮ ਲੱਗ ਗਿਆ ਜੀ ਤੇ 10,000 ਰੁਪਇਆ ਲੈ ਗਿਆ ਤੁਹਾਡੇ ਭਾਈਚਾਰੇ ਵਾਲੇ ਤੋਂ ਬਹੁਤ ਮਗਰ ਪਏ ਹੋਏ ਭਾਨੇ ਦੇ ਭਾਜੀ ਭਾਈਚਾਰਾ ਪਤਾ ਕੀ ਭਾਈਚਾਰੇ ਵਾਲੇ ਉਹ ਮਗਰ ਪਏ ਆ ਜਿਨ੍ਹਾਂ ਨੇ ਜਿਨ੍ਹਾਂ ਕੋਲ ਲੋਕਾਂ ਦੇ ਪੈਸੇ ਫਸੇ ਸੀ ਤੁਸੀਂ ਕਹਿੰਦੇ ਹੋ ਠੀਕ ਕਰ ਰਹੇ ਕੰਮ ਬਿਲਕੁਲ ਠੀਕ ਕਰ ਰਹੇ ਭਾਜੀ ਤੇ ਜੇ ਅੱਜ ਉਸ ਬੰਦੇ ਨੇ ਪੈਸੇ ਲੁੱਕ ਉਹ ਕਰੋੜਾਂ ਰੁਪਇਆ ਕਢਾ ਤਾ ਤੇ ਭਾਜੀ ਮੈਂ ਨਹੀਂ ਸਮਝਦਾ ਕਿ ਵੀਰ 10 ਲੱਖ 10,000 ਰੁਪਇਆ ਲੈ ਕੇ ਕਿਸੇ ਕੋਲ ਰਿਸ਼ਵਤ ਦੇ ਤੌਰ ਤੇ ਇਹ ਨਹੀਂ ਜੇ ਕਿ ਦਫ਼ਤਰ ਨਹੀਂ ਵੜਨਗੇ ਉਹਨਾਂ ਦੇ ਇਹ ਤੇ ਵੇਖੋ ਇੱਕ ਝਾਂਸਾ ਆ ਫਸਾਉਣ ਦਾ ਭਾਜੀ ਭਾਨਾ ਸਿੱਧੂ ਰੀਸੈਂਟ ਜਿਹੜੀ ਚੀਜ਼ ਚੱਲ ਰਹੀ ਹੈ ਉਹ ਬੰਦੇ ਨੇ ਕਰੋੜਾਂ ਰੁਪਇਆ ਲੋਕਾਂ ਦਾ ਕਢਾ ਤਾ ਤੇ 10,000 ਪਿੱਛੇ ਇਲਜ਼ਾਮ ਲੱਗ ਗਿਆ ਜੀ ਤੇ 10,000 ਰੁਪਇਆ ਲੈ ਕੇ ਭਾਈਚਾਰੇ ਵਾਲੇ ਤੋਂ ਬਹੁਤ ਮਗਰ ਪਏ ਹੋਏ ਭਾਨੇ ਦੇ ਭਾਜੀ ਭਾਈਚਾਰਾ ਪਤਾ ਕੀ ਭਾਈਚਾਰੇ ਵਾਲੇ ਉਹ ਮਗਰ ਪਏ ਆ ਜਿਨ੍ਹਾਂ ਨੇ ਜਿਨ੍ਹਾਂ ਕੋਲ ਲੋਕਾਂ ਦੇ ਪੈਸੇ ਫਸੇ ਸੀ ਤੁਸੀਂ ਕਹਿੰਦੇ ਹੋ ਠੀਕ ਕਰ ਰਹੇ ਕੰਮ ਬਿਲਕੁਲ ਠੀਕ ਕਰ ਰਹੇ ਭਾਜੀ ਅਸੀਂ ਤਾਂ ਕਹਿੰਦੇ ਪਹਿਲਾਂ ਪਹਿਲਾਂ ਕੋਈ ਹੋਊਗਾ ਇਮੀਗ੍ਰੇਸ਼ਨ ਵਾਲਾ ਬੰਦਾ ਜਿਹੜਾ ਸਿੱਧੇ ਤੌਰ ਤੇ ਸਪੋਰਟ ਕਰਦਾ ਭਾਜੀ ਗਲਤ ਕੀ ਕਰ ਰਹੇ ਮੈਨੂੰ ਇਹ ਦੱਸੋ ਗਲਤ ਭਾਜੀ ਨੇ ਕੀਤਾ ਕੀ ਹੈ ਮੈਂ ਇੱਕ ਰਿਸਪੈਕਟ ਦਿੰਦਾ ਉਹਨਾਂ ਨੂੰ ਕਿਉਂ ਰਿਸਪੈਕਟ ਦਿੰਦਾ ਕਿਉਂਕਿ ਉਹ ਇੱਕ ਸ਼ੀਸ਼ਾ ਵਿਖਾ ਰਹੇ ਲੋਕਾਂ ਨੂੰ ਕਿ ਯਾਰ ਜੇ ਕੰਮ ਨਹੀਂ ਹੋਇਆ ਤੁਸੀਂ ਪੈਸੇ ਕਿਸ ਚੀਜ਼ ਦੇ ਦੇ ਰਹੇ ਹੋ ਦਹੋ 10 ਲੱਖ ਦੋ 5 ਲੱਖ ਦੋ 15 ਲੱਖ ਦੋ ਕੰਮ ਹੋ ਗਿਆ ਫਿਰ ਦੋ ਯਾਰ ਤੇ ਜੇ ਅੱਜ ਉਸ ਬੰਦੇ ਨੇ ਪੈਸੇ ਲੁੱਕ ਉਹ ਕਰੋੜਾਂ ਰੁਪਇਆ ਕਢਾ ਤਾ ਤੇ ਭਾਜੀ ਮੈਂ ਨਹੀਂ ਸਮਝਦਾ ਕਿ ਵੀਰ 10 ਲੱਖ 10,000 ਰੁਪਇਆ ਲੈ ਗਏ ਕਿਸੇ ਕੋਲ ਰਿਸ਼ਵਤ ਦੇ ਤੌਰ ਤੇ ਇਹ ਨਹੀਂ ਜੇ ਕਿ ਦਫ਼ਤਰ ਨਹੀਂ ਵੜਨਗੇ ਉਹਨਾਂ ਦੇ ਇਹ ਤੇ ਵੇਖੋ ਇੱਕ ਝਾਂਸਾ ਆ ਫਸਾਉਣ ਦਾ ਕਿ ਫਸਾ ਦਿੱਤਾ ਗਿਆ ਉਹ ਮਗਰ ਉਹਨਾਂ ਦੇ ਇਸ ਵੇਲੇ ਉਹ ਪਏ ਨੇ ਕਿ ਜਿਨ੍ਹਾਂ ਨੇ ਜਿਨ੍ਹਾਂ ਦੀ ਜੇਬਾਂ ਚੋਂ ਪੈਸੇ ਅਗਲੇ ਨੇ ਕਢਾ ਤੇ ਮੇਰੇ ਕੋਲ ਸਪੋਜ਼ ਇਹ ਚੱਲ ਜਾਣੀ ਆ ਤੇ ਤੁਹਾਨੂੰ ਮੈਂ ਮੁੜ ਕੇ ਫੋਨ ਆਣੇ ਆ ਕਿ ਵੀ ਇਹ ਤੁਸੀਂ ਉੱਥੇ ਤੁਸੀਂ ਗਲਤ ਕਹਿ ਆਏ ਐ ਤਾਰੀਫ ਕਰਤੀ ਤੁਹਾਡੇ ਤੁਹਾਡੇ ਬੰਦਿਆਂ ਨੇ ਕਰਨਾ ਤੁਹਾਨੂੰ ਭਾਜੀ ਵੇਖੋ ਜਿਹੜੇ ਕਹਿਣਗੇ ਨਾ ਮੈਂ ਇੱਕ ਚੀਜ਼ ਜਾਣਦਾ ਰੱਬ ਨੂੰ ਹਾਜ਼ਰ ਨਾਜ਼ਰ ਹੋ ਕੇ ਕਿ ਮੈਂ ਨਾ ਭਾਨੇ ਸਿੱਧੂ ਵੀਰ ਨੂੰ ਅਜੇ ਤੱਕ ਮੇਰੇ ਦਫ਼ਤਰ ਆਉਣ ਦੀ ਲੋੜ ਪਈ ਹੈ ਕਿ ਕਿਸੇ ਦਾ 20 ਲੱਖ ਨਹੀਂ ਤੂੰ ਫੜਿਆ ਸੀਗਾ ਵਾਪਸ ਨਹੀਂ ਦਿੱਤਾ ਜਾਂ ਕਿਸੇ ਦਾ ਸੁੱਖ ਨਾਲ ਜਿਹੜੇ ਨਾਲ ਵੀ ਚੱਲਦੇ ਆ ਜਿਹੜੇ ਚੰਗੇ ਚੰਗੇ ਬੰਦੇ ਜਿਨ੍ਹਾਂ ਦੇ ਇਮੀਗ੍ਰੇਸ਼ਨ ਆਫਿਸਰਸ ਨੇ ਜਿਹੜੇ ਨਾਲ ਚੱਲਦੇ ਆ ਉਹ ਉਂਗਲ ਨਹੀਂ ਚੁੱਕਣਗੇ ਕਿਉਂ ਨਹੀਂ ਉਂਗਲ ਚੁੱਕਣਗੇ ਕਿਉਂਕਿ ਉਹਨਾਂ ਨੇ ਵੀ ਨਾਲਦਿਆਂ ਨੇ ਇਹੋ ਜਿਹਾ ਕੰਮ ਕੋਈ ਨਹੀਂ ਕੀਤਾ ਪਹਿਲੇ ਵੀ ਸਪੋਰਟ ਸੀਗਾ ਕਿਉਂਕਿ ਉਹ ਬੰਦਾ ਵਧੀਆ ਕੰਮ ਕਰ ਰਿਹਾ ਵੇਖੋ ਸਪੋਰਟ ਉਹਦੀ ਹੁੰਦੀ ਆ ਜਿਹੜਾ ਕੰਮ ਵਧੀਆ ਕਰ ਰਿਹਾ ਮੈਂ ਕੋਈ ਗਲਤ ਇਲੀਗਲ ਐਕਟੀਵਿਟੀਜ਼ ਕਰੂੰਗਾ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਤੁਸੀਂ ਲੋਕ ਮੇਰੀ ਸਪੋਰਟ ਨਹੀਂ ਕਰੋਗੇ ਮੈਂ ਤੁਹਾਡੇ ਕੋਲ ਗਲਤ ਕੰਮ ਕਰਕੇ ਆਉਣਾ ਮੈਂ ਡੌਂਕੀਆਂ ਲਵਾਉਣਾ ਜਾਂ ਮੈਂ ਕੁਝ ਕਰਦਾ ਤੁਸੀਂ ਮੈਂ ਤੁਹਾਨੂੰ ਕਹਾਂ ਮੇਰਾ ਇੰਟਰਵਿਊ ਲੈ ਲਓ ਤੁਸੀਂ ਨਹੀਂ ਲਓਗੇ